ਬਟਾਲਾ ਪੁਲਿਸ ਦੇ ਤਹਿਤ ਆਂਦੇ ਸਰਹੱਦੀ ਇਲਾਕੇ ਡੇਰਾ ਬਾਬਾ ਨਾਨਕ ਵਿਖੇ ਇੱਕ ਸਾਬਕਾ ਫੌਜੀ ਸਾਬੀ ਦਾ ਬੀਤੀ ਰਾਤ ਕੁਝ ਅਣਪਛਾਤੇ ਲੋਕਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਮੁਤਾਬਕ ਸਾਬੀ ਜਦ ਦੇਰ ਰਾਤ ਆਪਣੇ ਘਰ ਵਾਪਸ ਆ ਰਿਹਾ ਸੀ ਤਾਂ ਉਸ ਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਅਤੇ ਉਸ ਦੀ ਮੌਤ ਹੋ ਗਈ। ਪੁਲਿਸ ਨੇ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਆਪਣੇ ਸ਼ੂਟ ਕਰਤਾ ਨਾ 5-10 ਸੈਕਿੰਡ ਦੇ ਵਿੱਚ ਹੀ ਗੋਲੀ ਮਾਰ ਕੇ ਚੱਲ ਗਏ। ਕੁਝ ਨਹੀਂ ਦੱਸਿਆ ਜੀ ਵੀ ਜਿਹਨਾਂ ਨਾਲ ਉਹਦੀ ਲਾਗਤ ਭਾਜੀ ਜੋ ਇੰਸੀਡੈਂਸ ਹੋਇਆ ਰਾਤ ਉਹ ਸਾਰਾ ਬਿਆਨ ਕੀਤਾ। ਕੋਈ ਬਟਾਲੇ ਦੇ ਬੰਦੇ ਸੀ, ਉਹਨਾਂ ਦੇ ਨਾਲ ਉਹਦਾ ਡਿਸਪਿਊਟ ਹੀ ਕੋਈ ਚੱਲਦਾ ਪਿਆ, ਉਹਨਾਂ ਦੇ ਨਾਲ ਕੋਈ ਇਹ ਲੈਣ ਦੇਣ ਦਾ ਕੋਈ ਝਗੜਾ ਜਿਹਾ ਚੱਲਦਾ ਪਿਆ। ਅਸੀਂ ਤਾਂ ਪ੍ਰਸ਼ਾਸਨ ਤੋਂ ਚਾਹੁੰਦੇ ਵੀ ਨਾਲ ਮਤਲਬ ਇਨਸਾਫ ਕੀਤਾ ਜਾਏ, ਇਹਦੀ ਤਫਤੀਸ਼ ਚੰਗੀ ਤਰ੍ਹਾਂ ਕੀਤੀ ਜਾਏ। ਠੀਕ ਨਹੀਂ, ਇਹ ਬਹੁਤ ਜ਼ਿਆਦਾ ਧੱਕਾ ਹੋਇਆ ਛੋਟੇ ਛੋਟੇ ਬੱਚੇ ਉਹਦੇ। ਕਰਮਜੀਤ ਸਿੰਘ ਫੌਜੀ ਸਨ ਆਫ ਜੋਗਿੰਦਰ ਸਿੰਘ ਨੂੰ ਦੋ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਜ਼ਖਮੀ ਕਰ ਦਿੱਤਾ ਸੀ, ਜਿਹਨੂੰ ਪਹਿਲਾਂ ਇਲਾਜ ਲਈ ਸਿਵਲ ਹਸਪਤਾਲ ਡੇਰਾ ਬਾਬਾ ਨਾਨਕ ਲੈ ਕੇ ਗਏ। ਉੱਥੋਂ ਇਹਨੂੰ ਸਕਾਟ ਹਸਪਤਾਲ ਰੈਫਰ ਕਰ ਦਿੱਤਾ, ਜਿੱਥੇ ਜਾਂਦੇ ਆ ਰਸਤੇ 'ਚ ਇਹਦੀ ਮੌਤ ਹੋ ਗਈ। ਇਹਦੀ ਡੈੱਡ ਬਾਡੀ ਜਿਹੜੀ ਹੈ ਇਸ ਵੇਲੇ ਸਿਵਲ ਹਸਪਤਾਲ ਬਟਾਲਾ ਪਈ ਹੈ ਫੋਰ ਪੋਸਟਮਾਰਟਮ। ਹੁਣ ਇਹਦੇ ਭਰਾ ਗਗਨਦੀਪ ਦੇ ਬਿਆਨ 'ਤੇ ਅਸੀਂ ਪਰਚਾ ਦਰਜ ਕੀਤਾ ਹੈ ਅੰਡਰ ਸੈਕਸ਼ਨ 302 34 IPC FIR ਨੰਬਰ 57। ਇਹਨਾਂ ਨੇ ਦੋ ਵਿਅਕਤੀਆਂ ਦੇ 'ਤੇ ਸ਼ੱਕ ਜ਼ਾਹਰ ਕੀਤਾ ਹੈ, ਜਲਦੀ ਅਸੀਂ ਮੁਕੱਦਮਾ ਜਿਹੜਾ ਟੇਸ ਕਰ ਲਵਾਂਗੇ।